ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲਓ ਜੀ, ਲਾਇਸੈਂਸ ਬਾਰੇ ਅਸੀਂ ਅੱਜ ਪਹਿਲਾ ਭਾਗ ਆ, ਛੋਟਾ ਜਿਹਾ ਭਾਗ ਆ, ਇਹਦੇ ਬਾਰੇ ਅੱਜ ਗੱਲ ਕਰਾਂਗੇ। ਆ ਜਿਹੜੀ ਤੁਸੀਂ ਫੋਟੋ ਦੇਖ ਰਹੇ ਹੋ ਨਾ, ਇਹਨੂੰ ਸਾਰੇ ਨੂੰ ਕਹਿੰਦੇ ਆ ਜੀ ਸਤਰਾਦਾ। ਸਤਰਾਦਾ ਜਾਣੀ ਕਿ ਰਸਤਾ। ਮਰਚਾ ਪੀਏ ਦੇ ਜੀ ਸਤਰਾਦੇ ਦਾ ਰਸਤੇ ਦਾ ਉਹ ਹਿੱਸਾ ਆ ਜਿਹਦੇ 'ਤੇ ਅਸੀਂ ਤੁਰਦੇ ਹਾਂ, ਉਹਨੂੰ ਮਰਚਾ ਪੀਏ ਦੇ ਕਹਿੰਦੇ ਆ ਜੀ। ਜਿਸ ਹਿੱਸੇ ਉੱਤੇ ਸਾਈਕਲਾਂ ਚਲਾਈ ਦੀਆਂ ਉਹਨੂੰ ਕਹਿੰਦੇ ਆ ਜੀ ਪਿਸਤਾ ਚਿਕ ਲਾਬਿਲ। ਕੁਰਸੀਏ ਦੀ ਮਾਰਚਾ ਜੀ ਉਹਨਾਂ ਨੂੰ ਕਹਿੰਦੇ ਆ ਜਿਨ੍ਹਾਂ ਉੱਤੇ ਆਪਣੀਆਂ ਗੱਡੀਆਂ ਚੱਲਦੀਆਂ ਨੇ। ਇਹ ਸੈਂਸੋ ਉਨੀਕ ਹੋ ਸਕਦੇ ਨੇ ਜਿਹਦੇ ਵਿੱਚ ਸਿਰਫ ਗੱਡੀ ਜਾ ਸਕਦੀ ਆ, ਜਾਂ ਫਿਰ ਦੋਪੀਓ ਸੈਂਸੋ ਜਿਹਦੇ ਵਿੱਚ ਜਾ ਅਤੇ ਆ ਦੋ ਹੀ ਸਕਦੀਆਂ। ਜਿਸ ਹਿੱਸੇ ਦੇ ਵਿੱਚ ਗੱਡੀਆਂ ਆਉਂਦੀਆਂ ਅਤੇ ਜਾਂਦੀਆਂ, ਜਾਣੀ ਕਿ ਕੁਰਸੀਏ ਦੀ ਮਾਰਚਾ ਹੁੰਦੇ ਆ, ਉਸ ਹਿੱਸੇ ਨੂੰ ਕਰਜ਼ਾ ਦਾ ਕਹਿੰਦੇ ਆ। ਦੋ ਰਸਤਿਆਂ ਨੂੰ ਵੱਖ ਕਰਨ ਵਾਲਾ ਵਿੱਚ ਕਈ ਵਾਰ ਦੀਵਾਰ ਹੁੰਦੀ ਆ, ਜਾਂ ਫਿਰ ਤੁਸੀਂ ਦੇਖਿਆ ਹੋਣਾ ਵਿੱਚ ਲਾਈਨਾਂ ਵਾਹੀਆਂ ਹੁੰਦੀਆਂ, ਉਹ ਤੁਹਾਨੂੰ ਬਾਅਦ ਵਿੱਚ ਅਸੀਂ ਦਿਖਾਉਂਦੇ ਹਾਂ। ਉਹਨੂੰ ਅਸੀਂ ਸਪਾਰਤੀ ਟ੍ਰੈਫਿਕੋ ਕਹਿੰਦੇ ਹਾਂ, ਜਾਣੀ ਕਿ ਇਹ ਟ੍ਰੈਫਿਕ ਨੂੰ ਵੰਡਣ ਵਾਲਾ। ਕੁਰਸੀਆ ਦੀ ਐਮਰਜੈਂਸਾ, ਸਿਰਫ ਐਮਰਜੈਂਸੀ ਦੇ ਵਿੱਚ ਹੀ ਕੰਮ ਕਰਨ ਵਾਲਾ ਕੁਰਸੀਆ। ਇਹ ਕੁਰਸੀਆ ਉਹ ਆ ਜਿਹਦੇ ਵਿੱਚ ਜੇ ਤੁਹਾਡੀ ਗੱਡੀ ਖਰਾਬ ਹੋ ਜਾਵੇ, ਆਟੋ ਸਰਾਧਿਆਂ 'ਤੇ ਹੁੰਦਾ ਜ਼ਿਆਦਾਤਰ, ਤਾਂ ਤੁਸੀਂ ਆਪਣੀ ਗੱਡੀ ਇਹਦੇ ਉੱਤੇ ਲਾ ਸਕਦੇ ਹਾਂ। ਅਤੇ ਆਟੋ ਸਰਾਧੇ ਦੇ ਉੱਤੇ, ਆਟੋ ਸਰਾਧਾ ਹਰੇ ਬੋਰਡਾਂ ਵਾਲਾ ਹੁੰਦਾ ਜੀ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਉਹਦੇ ਬਾਰੇ। ਉਹਦੇ ਉੱਤੇ ਜ਼ਿਆਦਾਤਰ ਇਹਦੇ ਲਈ ਇਹਦੇ ਵਿੱਚ ਕਾਰਾਬੀਨੀਅਰੀ ਜਾਂ ਫਿਰ ਪੁਲਿਸ ਜਾਂ ਫਿਰ ਆਪਣੇ ਐਂਬੂਲੈਂਸ ਦੀਆਂ ਗੱਡੀਆਂ ਐਕਸੀਡੈਂਟ ਹੋਣ 'ਤੇ ਲੰਘਦੀਆਂ ਨੇ। ਇਹਨੂੰ ਕਹਿੰਦੇ ਜੀ ਕੁਰਸੀਆ ਦੀ ਐਮਰਜੈਂਸਾ। ਸਿਰਫ ਕੁਛ ਐਕਸੀਡੈਂਟ ਹੋਣ 'ਤੇ, ਗੱਡੀ ਖਰਾਬ ਹੋਣ 'ਤੇ, ਜਾਂ ਉੱਦਾਂ ਤੁਸੀਂ 2 ਸੈਕਿੰਡ ਲਈ ਥੋੜ੍ਹਾ ਜਿਹਾ ਐਵੇਂ ਰੁਕਣਾ, ਉਹਨਾਂ ਹਾਲਾਤਾਂ ਦੇ ਵਿੱਚ ਇਹਨੂੰ ਯੂਜ ਕੀਤਾ ਜਾਂਦਾ। ਬੰਕੀਨਾ, ਤੁਸੀਂ ਬੰਕੀਨਾ ਮੈਂ ਤੁਹਾਨੂੰ ਦੱਸਦਾ, ਇਹਨੂੰ ਤੁਸੀਂ ਆਪਣੇ ਦਿਮਾਗ 'ਚ ਇਹ ਲੈ ਕੇ ਚੱਲੋ ਕਿ ਜਿਹੜਾ ਬੰਕੀਨਾ ਆ ਉਹ ਜਿਹੜਾ ਸੜਕ ਦਾ ਕਿਨਾਰਾ ਆ ਉਹ ਹੁੰਦਾ, ਕਿਉਂਕਿ ਜਿਹੜਾ ਚਿੱਟੀ ਲਾਈਨ ਹੁੰਦੀ ਹੈ ਨਾ, ਜਿਹੜੀ ਸੜਕ ਦੇ ਉੱਤੇ ਆਪਣੇ ਸੜਕ ਦੇ ਉੱਤੇ ਚਿੱਟੀ ਲਾਈਨ ਤੋਂ ਬਾਹਰਲਾ ਹਿੱਸਾ ਹੁੰਦਾ ਜਿਹੜਾ, ਉਹਨੂੰ ਬੰਕੀਨਾ ਕਹਿੰਦੇ ਆ। ਜ਼ਿਆਦਾਤਰ ਆਪਣੇ ਇੱਕ ਬੋਰਡ ਲੱਗਾ ਹੁੰਦਾ ਇਹ ਗੱਡੀ ਦੀ ਸਲਿੱਪ ਹੋਣ ਵਾਲਾ, ਅਤੇ ਉਹਦੇ ਬਾਰੇ ਵੀ ਆਪਾਂ ਬਾਅਦ 'ਚ ਗੱਲ ਕਰਾਂਗੇ ਕਿ ਇਹ ਜਿਹੜਾ ਉਹ ਚਿੱਟੀ ਲਾਈਨ ਤੋਂ ਸੜਕ ਦਾ ਸੜਕ ਦੇ ਉੱਤੇ ਜਿਹੜੀ ਚਿੱਟੀ ਲਾਈਨ ਸਿਰੇ 'ਤੇ ਲੱਗੀ ਹੈ ਉਹ ਤੋਂ ਪਰਲਾ ਹਿੱਸਾ ਬੰਕੀਨਾ ਹੁੰਦਾ ਜੀ। ਲਾ ਸਤਰਾਦਾ ਪੁਆਇਸਰ, ਸੜਕ ਹੋ ਸਕਦੀ ਆ। ਸ਼ੁੱਧ ਵੀਜ਼ਾ ਇਨਕਰੇਜਾ, ਅਤੇ ਸ਼ੁੱਧ ਵੀਜ਼ਾ ਜਾਣੀ ਕਿ ਵੰਡਿਆ ਹੋਇਆ ਕਰਜ਼ਾ ਅਤੇ ਆਉਣ ਜਾਣ ਦੀਆਂ ਜਿਹੜੇ ਕੁਰਸੀ ਹੈ ਜਿਹੜੇ ਤੁਹਾਨੂੰ ਪਹਿਲਾਂ ਦੱਸੇ ਸੀ। ਸੈਂਸੋ ਉਨੀਕੋ ਦੀ ਚਿਰਕੁਲਤਸੀਓਨ, ਜਾਣੀ ਕਿ ਸਿਰ ਆਵਾਜਾਈ ਦੀ ਸਿਰਫ ਇਹ ਜਾਣੀ ਕਿ ਜਾਂ ਆਉਣ ਲਈ ਜਾਂ ਜਾਣ ਲਈ ਜਿਹੜਾ ਸੈਂਸੋ ਉਨੀਕੋ ਉਹਨੂੰ ਕਹਿੰਦੇ ਆ। ਦੋਪੀਓ ਸੈਂਸੋ ਦੀ ਚਿਰਕੁਲਤਸੀਓਨ, ਜਾਣੀ ਕਿ ਡਬਲ, ਇੱਕ ਪਾਸਿਓ ਜਾਂਦੇ ਆ ਅਤੇ ਦੂਜੇ ਪਾਸਿਓ ਆਉਂਦੇ ਆ। ਗੱਬਿਓ ਲਾਈਨ ਹੁੰਦੀ ਬਾਈ ਉਹ ਪੋ ਕੰਪਰੈਂਦਰ ਪੀਸਤੇ ਚਿਕਲਾਵਲੀ, ਕਿ ਇਹਦੇ ਵਿੱਚ ਜਿੱਥੇ ਪੀਸਤਾ ਚਿਕਲਾਵਲੇ ਉਹ ਜਗ੍ਹਾ ਜਿੱਥੇ ਆਪਣੇ ਸਾਈਕਲਾਂ ਵਾਲੇ ਸਾਈਕਲ ਚਲਾਉਂਦੇ ਆ। ਅਪੈਰਤਾ ਅਲਾ ਚਿਰਕੁਲਾਸੀਓਨ ਪੇਦੋਨੀ ਅਨੀਮਾਲੀ ਇਹ ਵਹੀਕੁਲੀ, ਅਪੈਰਤਾ ਖੁੱਲ੍ਹਾ ਹੋਇਆ, ਅਲਾ ਚਿਰਕੁਲਾਸੀਓਨ ਆਵਾਜਾਈ ਲਈ, ਦੀ ਪੇਦੋਨੀ ਤੁਰਨ ਵਾਲਿਆਂ ਲਈ, ਅਨੀਮਾਲੀ ਇਹ ਆਪਣੇ ਜਾਨਵਰ ਕੁੱਤੇ ਬਿੱਲੀਆਂ, ਇਹ ਵਹੀਕੁਲੀ ਹੋ ਗਈਆਂ ਆਪਣੀਆਂ ਗੱਡੀਆਂ ਟਰੱਕ, ਇਹਨਾਂ ਨੂੰ ਕਹਿੰਦੇ ਆ ਜੀ। ਜ਼ਿਆਦਾ ਗਹਿਰਾਈ ਦੇ ਲਈ ਤੁਸੀਂ ਕਿਸੇ ਵੀ ਆਊਟੋ ਸਕੂਲਿਆਂ ਵਾਲੇ ਤੋਂ ਜਾਂ ਇੰਟਰਨੈਟ ਤੋਂ 35B ਥਿਊਰੀਆਂ ਦੀ ਕਿਤਾਬ ਖਰੀਦ ਲਓ। ਜੇ ਤੁਸੀਂ ਨਹੀਂ ਖਰੀਦਣੀ ਤਾਂ ਚਲੋ ਉਹ ਵੀ ਕੋਈ ਗੱਲ ਨਹੀਂ, ਇਹਦੇ ਵਿੱਚ ਵੀ ਤੁਹਾਨੂੰ ਆਪਾਂ ਦੱਸੇ ਜਾਣਾ। ਲਰਨ ਇਟਾਲੀਅਨ ਇਨ ਪੰਜਾਬੀ, ਫੇਸਬੁੱਕ 'ਤੇ ਜ਼ਰੂਰ ਪੇਜ ਲਾਈਕ ਕਰਿਓ ਜੀ। ਇਸ ਵੀਡੀਓ ਬਾਰੇ ਤੁਹਾਨੂੰ ਕਿੱਦਾਂ ਲੱਗਾ ਉਹ ਵੀ ਜ਼ਰੂਰ ਦੱਸਿਓ ਜੀ। ਬਾਕੀ ਇਸ ਵੀਡੀਓ ਨੂੰ ਵੀ ਜੀ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰਿਓ। ਚਲੋ ਚੰਗਾ ਜੀ, ਸਤਿ ਸ਼੍ਰੀ ਅਕਾਲ, ਫਿਰ ਅਗਲੇ ਭਾਗ ਵਿੱਚ ਮਿਲਦੇ ਹਾਂ ਜੀ।